ਚੰਡੀਗੜ੍ਹ ਦੇ ਵਿੱਚ ਅੱਜ ਬੀਜੇਪੀ ਦੇ ਸੀਨੀਅਰ ਲੀਡਰ ਪਹੁੰਚੇ ਨੇ। ਹਾਲਾਂਕਿ ਇਲੈਕਸ਼ਨ ਦਾ ਦੌਰ ਹੈ, ਲਗਾਤਾਰ ਕਿਸ ਤਰ੍ਹਾਂ ਦੀ ਡਿਵੈਲਪਮੈਂਟਸ ਨੇ, ਕਿਸ ਤਰ੍ਹਾਂ ਦੀ ਅੱਗੇ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਸਰ, ਕਿਉਂਕਿ ਇਸ ਵਾਰ ਇਲੈਕਸ਼ਨ ਬਹੁਤ ਕਹਿ ਸਕਦੇ ਹਾਂ ਕਿ ਇੱਕ ਮੁਕਾਬਲਾ ਜਿਹੜਾ ਕੜਾ, ਇੱਕ ਪਾਸੇ ਇੰਡੀਆ ਅਲਾਇੰਸ, ਦੂਜੇ ਪਾਸੇ ਬੀਜੇਪੀ, ਪੰਜਾਬ ਦੀ ਅਸੀਂ ਗੱਲ ਕਰ ਲਈ, ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਕਿਸ ਤਰ੍ਹਾਂ ਦੇ ਰੁਝਾਨ ਸਾਹਮਣੇ? ਇੰਡੀਆ ਅਲਾਇੰਸ ਪੰਜਾਬ ਵਿੱਚ ਹੈਗਾ, ਪਹਿਲੀ ਗੱਲ ਤਾਂ ਇਹ ਕਲੀਅਰ ਕਰ ਲਓ, ਮੈਨੂੰ ਤਾਂ ਦਿਖਦਾ ਨਹੀਂ ਕਿਤੇ ਕੋਈ ਇੰਡੀਆ ਅਲਾਇੰਸ ਹੈ। ਇੱਥੇ ਤਾਂ ਚਾਰ ਪਾਰਟੀਆਂ ਇਲੈਕਸ਼ਨ ਲੜੀ, ਜਿਹਦੇ ਵਿੱਚ ਦੋ ਅਲਾਇੰਸ ਦੇ ਹਿੱਸਾ ਨੇ ਔਰ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜ ਰਹੇ ਨੇ, ਉਹ ਤੇ ਇੱਕ ਦੂਜੇ ਦੀ ਸਰਕਾਰ ਗਿਰਨ ਦੀ ਗੱਲ ਕਰ ਰਹੇ ਨੇ, ਉਹ ਤੇ ਬਾਜਵਾ ਸਾਹਿਬ ਕਹਿੰਦੇ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਸਰਕਾਰ ਗਿਰਾ ਦੇਣੀ ਇਹਨਾਂ ਦੀ, ਤੇ ਕਿੱਥੇ ਅਲਾਇੰਸ ਹੈ? ਇੱਥੇ ਬਿਲਕੁਲ ਕਲੀਅਰ ਹੈ, ਬੀਜੇਪੀ ਨੂੰ ਪੂਰਾ ਆਸ਼ੀਰਵਾਦ ਮਿਲੇਗਾ, ਲੋਕਾਂ ਨੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਾ ਹੈ ਔਰ ਪ੍ਰਧਾਨ ਮੰਤਰੀ ਇੱਕੋ ਹੀ ਲੋਕਾਂ ਨੂੰ ਦਿਖਦਾ, ਉਹ ਹੈ ਪ੍ਰਧਾਨ ਮੰਤਰੀ ਮੋਦੀ ਜੀ। ਪੰਜਾਬ 'ਚ ਕਿਸ ਤਰ੍ਹਾਂ ਦੀ ਸਿਚੁਏਸ਼ਨ ਦੇਖ ਰਹੇ ਹੋ, ਕਿਉਂਕਿ ਦੇਖਿਆ ਜਾ ਰਿਹਾ ਕਿ ਕਈ ਜਗ੍ਹਾ 'ਤੇ ਵਿਰੋਧ ਕੀਤਾ ਜਾ ਰਿਹਾ, ਕਿਸਾਨਾਂ ਦਾ ਜਿਹੜਾ ਗੁੱਸਾ? ਦੇਖੋ, ਮੈਂ ਹੁਣ ਕਹਿਣਾ ਚਾਹੁੰਦਾ, ਉਹ ਕਿਸਾਨਾਂ ਦਾ ਗੁੱਸਾ ਜਾਂ ਕਿਸੇ ਹੋਰ ਦਾ ਗੁੱਸਾ ਹੈ ਔਰ ਨਾਰਾਜ਼ਗੀ ਕ੍ਰੀਏਟ ਕੀਤੀ ਜਾਂ ਹੈ ਜੈਨੂਅਨ, ਉਹ ਕੁਐਸਚਨੇਬਲ ਹੈ। ਪਰ ਜਿਹੜੀ ਮੂਲ ਗੱਲ ਹੈ, ਤੁਹਾਨੂੰ ਲੱਗਦਾ ਕਿ ਅੱਜ ਕੱਲ੍ਹ ਕੈਂਪੇਨ ਵਿੱਚ ਅਗਰ ਤੁਸੀਂ ਸਾਨੂੰ ਰੋਕ ਲਓਗੇ ਤੇ ਦੇਰ ਆਰ ਨਾਟ ਅਦਰ ਮੀਡੀਅਮਸ, ਅੱਜ ਸੋਸ਼ਲ ਮੀਡੀਆ ਤੋਂ ਸਭ ਮੈਸੇਜ ਜਾ ਰਹੇ ਨੇ। ਹੁਣ ਮੈਂ ਇੱਥੇ ਬੈਠਾ, ਮੈਂ ਜੋ ਅੱਜ ਜੋ ਸਾਰੀ ਗੱਲ ਆਖੀ ਮੈਂ, ਉਹ ਸਾਰੀ ਗੱਲ ਸੋਸ਼ਲ ਮੀਡੀਆ ਥਰੂ ਚਲੀ ਜਾਏਗੀ ਜੀ, ਮੇਰੇ ਵਾਸਤੇ ਕੋਈ ਫਿਜ਼ੀਕਲੀ ਕੈਂਪੇਨ ਕਰਨਾ ਜ਼ਰੂਰੀ ਨਹੀਂ ਹੈ, ਤੇ ਜਾਂ ਤੁਹਾਡੇ ਟੀਵੀ ਦੇ ਚੈਨਲ ਥਰੂ ਚਲੀ ਜਾਏਗੀ, ਤੇ ਔਰ ਵੋਟਰ ਬੜਾ ਸਮਝਦਾਰ ਔਰ ਸੂਝਵਾਨ, ਉਹ ਸਮਝਦਾ ਹੈ ਵੀ ਕਿਹਦੇ 'ਚ ਉਹਦਾ ਪਲਾ ਹੈ। ਤੁਹਾਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਹੈ ਉਹਦੇ ਰਾਹੀਂ ਜਿਹੜੇ ਬੀਜੇਪੀ ਹੈ ਉਹ ਆਪਣਾ ਪ੍ਰਚਾਰ? ਨਹੀਂ ਨਹੀਂ, ਅਸੀਂ ਔਨ ਗਰਾਊਂਡ ਵੀ ਸਾਡੇ ਵਰਕਰ ਕੰਮ ਕਰ ਰਹੇ ਨੇ, ਕੋਈ ਇਹੋ ਜਿਹਾ ਪਿੰਡ ਨਹੀਂ ਪੰਜਾਬ ਵਿੱਚ ਜਿੱਥੇ ਸਾਡਾ ਵਰਕਰ ਕੰਮ ਨਹੀਂ ਕਰ ਰਿਹਾ, ਹਰ ਪਿੰਡ 'ਚ ਕੰਮ ਕਰ ਰਿਹਾ, ਵਰਕਰ ਸਾਡਾ ਕੰਮ ਕਰ ਰਿਹਾ, ਸਾਡੇ ਲੀਡਰਸ ਨੂੰ ਜਾਂ ਤੋਂ ਰੋਕ ਸਕਦੇ ਹਾਂ ਨਾ ਜੀ, ਪਰ ਲੀਡਰਸ ਦਾ ਵੀ ਜਿਹੜਾ ਕੰਪੇਨ ਹੈ ਜਾਂ ਮੈਸੇਜ ਹੈ ਉਹ ਸੋਸ਼ਲ ਮੀਡੀਆ ਥਰੂ ਜਾ ਹੀ ਰਿਹਾ। ਠੀਕ ਹੈ ਸਰ, ਹੋਰ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਤੁਹਾਡੀ ਲਗਾਤਾਰ ਕੰਟੀਨਿਊ ਮੀਟਿੰਗ ਚੱਲ ਰਹੀ ਹੈ, ਵੱਡੇ ਲੀਡਰਸ ਜਿਹੜੇ ਹੈਗੇ ਪਹੁੰਚੇ ਨੇ, ਪ੍ਰਧਾਨ ਮੰਤਰੀ ਮੋਦੀ ਪਹੁੰਚੇ ਨੇ, ਅੱਜ ਵੀ ਜਿਹੜੇ ਪੰਜਾਬ ਨੂੰ ਅਸੀਂ ਸੀਰੀਅਸਲੀ ਲੈ ਰਹੇ ਹਾਂ ਔਰ ਪਾਰਟੀ ਇਜ਼ ਔਨ ਅ ਸੀਰੀਅਸ ਨੋਟ, ਪੀਐਮ ਸਾਹਿਬ ਆ ਗਏ, ਐਚਐਮ ਸਾਹਿਬ ਆ ਗਏ, ਰਕਸ਼ਾ ਮੰਤਰੀ ਜੀ ਆ ਗਏ, ਫਾਈਨੈਂਸ ਮਿਨਿਸਟਰ ਸਾਹਿਬ ਆ ਗਏ, ਪਿਊਸ਼ ਗੋਇਲ ਸਾਹਿਬ ਆ ਗਏ, ਅਨੁਰਾਗ ਠਾਕੁਰ ਜੀ ਹੋ ਕੇ ਚਲੇ ਗਏ, ਲਗਾਤਾਰ ਪਾਰਟੀ ਦੇ ਜਿਹੜੇ ਪ੍ਰਮੁੱਖ ਨੇ ਲਗਾਤਾਰ ਆ ਰਹੇ ਨੇ ਔਰ ਲਗਾਤਾਰ ਕੈਂਪੇਨ ਅਸੀਂ ਕਰ ਰਹੇ ਹਾਂ ਔਰ ਪਬਲਿਕ ਕੈਂਪੇਨਸ ਵੀ ਕਰ ਰਹੇ ਹਾਂ ਔਰ ਅਸੀਂ ਪ੍ਰੈਸ ਕਾਨਫਰੰਸ ਵੀ ਕਰ ਰਹੇ ਹਾਂ ਔਰ ਉਹਦਾ ਇੱਕ ਮੈਸੇਜ ਹੈ ਔਰ ਲੋਕਾਂ ਨੂੰ ਅਸੀਂ ਆਪਣਾ ਪੁਆਇੰਟ ਆਫ ਵਿਊ ਦੱਸ ਰਹੇ ਹਾਂ। ਅੱਜ ਜਿੱਦਾਂ ਮੈਂ ਆਪਣਾ ਪੁਆਇੰਟ ਆਫ ਵਿਊ ਦੱਸਿਆ ਕਿ ਮੋਦੀ ਜੀ ਨੇ ਪਿਛਲੇ 10 ਸਾਲਾਂ 'ਚ ਕਿੱਦਾਂ ਕੌਮ ਵਾਸਤੇ ਕੀ ਕੀਤਾ, ਉਹ ਅੱਜ ਮੈਂ ਪੁਆਇੰਟ ਆਫ ਵਿਊ ਰੱਖਿਆ। ਅਤੇ ਜੇ ਆਪਾਂ ਗੱਲ ਕਰੀਏ, ਕੇਜਰੀਵਾਲ ਜੀ ਅੱਜ ਪੰਜਾਬ ਦੌਰੇ 'ਤੇ ਨੇ, ਲਗਾਤਾਰ ਰੋਡ ਸ਼ੋਅ ਕੀਤਾ ਜਾ ਰਿਹਾ, ਐਲੀਗੇਸ਼ਨ ਲਾਇਆ ਜਾ ਰਿਹਾ ਕਿ ਬੀਜੇਪੀ ਨੇ ਪਿਛਲੇ ਸਾਲਾਂ 'ਚ ਕੀ ਕੀਤਾ, ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ, ਚੰਡੀਗੜ੍ਹ ਵੀ ਇਲਜ਼ਾਮ ਲਾਇਆ ਜਾ ਰਿਹਾ ਕਿ ਕਿਰਨ ਖੇਰ ਦੀ ਅਸੀਂ ਗੱਲ ਕਰ ਲਈਏ, ਪਿਛਲੇ 10 ਸਾਲਾਂ 'ਚ ਕੀ ਜਿਹੜਾ ਹੈਗਾ ਡਿਵੈਲਪਮੈਂਟ ਹੋਇਆ, ਇਸ ਤਰ੍ਹਾਂ ਦਾ ਜਿਹੜਾ ਹੈਗਾ ਇਲਜ਼ਾਮ ਲਾਇਆ? ਦੇਖੋ, ਪਹਿਲੀ ਗੱਲ ਤਾਂ ਕੇਜਰੀਵਾਲ ਨੂੰ ਪੁੱਛੋ ਕਿ ਉਹਨੇ ਹਸਪਤਾਲ ਜਾਣਾ ਜਾਂ ਕੈਂਪੇਨ ਕਰਨਾ। ਇੱਕ ਤਰਫ ਉਹ ਅਰਜੀ ਲੈ ਰਿਹਾ ਕਿ ਮੇਰੇ ਸਿਹਤ ਠੀਕ ਨਹੀਂ, ਮੈਨੂੰ ਪੈਟ ਸਕੈਨ ਕਰਨਾ, ਇਹ ਵਾਲਾ ਸਕੈਨ ਕਰਾਉਣਾ, ਮੈਨੂੰ ਇਸ ਕਰਕੇ 7 ਦਿਨ ਦੀ ਮੇਰਾ ਜਿਹੜਾ ਜਿਹੜੀ ਮੇਰੀ ਬੇਲ ਐਕਸਟੈਂਡ, ਇੰਟਰਨ ਬੇਲ ਅੱਗੇ ਐਕਸਟੈਂਡ ਕੀਤੀ ਜਾਏ, ਔਰ ਦੂਜੀ ਤਰ੍ਹਾਂ ਉਹ ਕੈਂਪੇਨ ਕਰ ਰਿਹਾ। ਅਤੇ ਉਹ ਪਹਿਲੇ ਤਾਂ ਕਹਿ ਲਏ ਕਿ ਉਹਦੀ ਸਿਹਤ ਠੀਕ ਹੈ ਜਾਂ ਨਹੀਂ ਹੈ। ਬਿਲਕੁਲ, ਮੈਨੂੰ ਲੱਗਦਾ ਹੈ ਉਹਦੀ ਮਾਨਸਿਕ ਔਰ ਸਰੀਰਕ ਸਿਹਤ ਦੋਨੋਂ ਦੀ ਚਿੰਤਾ ਕਰਨ ਦੀ ਲੋੜ ਹੈ। ਬਿਲਕੁਲ, ਸੀਨੀਅਰ ਲੀਡਰਸ ਸਾਫ਼ ਤੌਰ 'ਤੇ ਕਹਿਣਾ ਹੈ ਕਿ ਬੀਜੇਪੀ ਲਗਾਤਾਰ ਪ੍ਰਚਾਰ ਕਰ ਰਹੀ ਹੈ, ਹਾਲਾਂਕਿ ਵਿਰੋਧ ਜਿਹੜਾ ਕੀਤਾ ਜਾ ਰਿਹਾ, ਲੇਕਿਨ ਸਾਡਾ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਹੈ, ਲੋਕਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਔਰ ਪੰਜਾਬ ਦੇ ਵਿੱਚ ਵੀ ਬੀਜੇਪੀ ਸਰਕਾਰ ਆ ਰਹੀ ਹੈ ਔਰ ਸਾਰੇ ਵੱਡੇ ਲੀਡਰ ਜਿਹੜੇ ਹੈ ਉਹ ਵੀ ਪਹੁੰਚ ਰਹੇ ਨੇ, ਲਗਾਤਾਰ ਜਿਹੜਾ ਹੈਗਾ ਲੋਕਾਂ ਦੇ ਆਹਮਣੇ ਸਾਹਮਣੇ ਹੋ ਰਹੇ, ਲੋਕਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨੂੰ ਜਟੀਨ ਪੰਜਾਬ।